ਬਸ ਠੀਕ 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 ਕਰ ਦੋ ਇਕੱਠੇ ਐਡਰੈਸ ਤਾਂ ਲਗਵਾ ਗਿਆ ਪਹੁੰਚ ਗਿਆ। ਬੋਲਿਓ ਨਾ ਕੋਈ ਕੁਛ ਵੀ ਲਾਈਵ ਹੋਇਆ ਮੈਂ। ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ, ਕਿਵੇਂ ਹੋ? ਅਤੇ ਮੈਂ ਐਡਰੈਸ ਪਾਤਾ ਉਸਤਾਦ ਜੀ, ਅਤੇ ਮੈਲਬਨ ਵਾਲੇ ਜਿੰਨੇ ਵੀ ਵੀਰੇ ਨੇ ਸਾਰਿਆਂ ਦੇ ਸਾਹਮਣੇ ਬੈਠ ਕੇ ਗੱਲ ਹੋਊਗੀ, ਅਤੇ ਕਿ ਕਿੱਥੇ ਆਉਣਾ ਉਹ ਵੀ ਐਡਰੈਸ ਪਾਤਾ, ਕਿੰਨੇ ਵਜੇ ਆਉਣਾ ਉਹ ਵੀ ਪਤਾ, 5:30 ਉੱਥੇ ਇਕੱਠੇ ਹੋਣੇ, ਪਾਰਕ ਆ ਕੋਈ ਇੱਕ ਤਾਂ, ਇੱਥੇ ਨਾਮ ਬਹੁਤ ਔਖੇ ਆ ਪਤੰਦਰੋ। ਅਤੇ ਮਿਲਦੇ ਹਾਂ ਅੱਜ ਉਹਨੂੰ, ਉਹ ਵਾਰ ਵਾਰ ਪਹਿਲਾਂ ਗੁਰਦੁਆਰਾ ਸਾਹਿਬ ਦਾ ਟਾਈਮ ਦਿੱਤਾ ਆਇਆ ਨਹੀਂ, ਕਹਿੰਦਾ ਮੈਂ ਆਉਣਾ ਨਹੀਂ ਗੁਰਦੁਆਰਾ ਸਾਹਿਬ। ਕਿਉਂ ਨਹੀਂ ਆਉਣਾ ਇਹ ਵੀ ਮੈਨੂੰ ਪਤਾ, ਇਹ ਵੀ ਦੱਸੂ ਤੁਹਾਨੂੰ, ਠੀਕ ਆ। ਕਹਿੰਦਾ ਮੈਂ ਨਹੀਂ ਆਉਣਾ ਗੁਰਦੁਆਰਾ ਸਾਹਿਬ, ਡਰਦਾ ਉੱਥੇ ਆਉਣ ਤੋਂ, ਕਿਉਂ ਝੂਠਾ ਬੰਦਾ ਉਹ, ਤਾਂ ਕਰਕੇ ਨਹੀਂ ਆਇਆ। ਅਤੇ ਜਿਹੜੇ ਮੈਨੂੰ ਲੋਕ ਕਹੀ ਜਾਂਦੇ ਆ ਯਾਰ ਐਂ ਕਰ ਉਹਨੂੰ, ਐਂ ਕਰ ਉਹਨੂੰ ਮਿਲ ਜਾ ਕੇ, ਵੀਰੇ ਮਿਲਾਂ ਕਿੱਥੋਂ? ਨਾ ਤਾਂ ਉਹ ਫੋਨ ਚੱਕਦਾ, ਕੁਛ ਨਹੀਂ ਕਰਦਾ ਉਹ, ਠੀਕ ਆ, ਨਾ ਉਹ ਫੋਨ ਚੱਕਦਾ, ਨਾ ਉਹ ਅੱਜ ਗੁਰਦੁਆਰਾ ਸਾਹਿਬ ਦਾ ਮੁੱਕਰ ਗਿਆ, ਕਹਿੰਦਾ ਮੈਂ ਆਉਣਾ ਨਹੀਂ ਗੁਰਦੁਆਰਾ ਸਾਹਿਬ, ਠੀਕ ਆ। ਉਹਦੇ ਬਾਈ ਅਸੀਂ ਉਹਨੂੰ ਕਦੋਂ ਕਿਹਾ ਵੀ ਲੜਨਾ ਉਹਦੇ ਨਾਲ, ਉਹ ਪਹਿਲੇ ਲੜਨ ਵਾਲੀਆਂ ਗੱਲਾਂ ਕਰੀ ਜਾਂਦਾ, ਉਹ ਕਹਿੰਦਾ ਉੱਥੇ ਗਾਹ ਪੈ ਜੂ ਗੁਰਦੁਆਰਾ ਸਾਹਿਬ, ਅਸੀਂ ਤਾਂ ਕਹੀ ਨਹੀਂ, ਅਸੀਂ ਤਾਂ ਉਹਨੂੰ ਗੱਲ ਕਰਨ ਲਈ ਬੁਲਾ ਰਹੇ ਹਾਂ, ਉਹ ਲੜਨ ਨੂੰ ਫਿਰਦਾ। ਉਹ ਕਹਿੰਦਾ ਵੀ ਉੱਥੇ ਗਾਹ ਪੈ ਜੂ, ਐਂ ਕਿਵੇਂ ਗਾਹ ਪੈ ਜੂ, ਜਦੋਂ ਗੱਲ ਕਰਾਂਗੇ ਆਪਾਂ ਬੈਠ ਕੇ ਗੁਰਦੁਆਰਾ ਸਾਹਿਬ, ਠੀਕ ਆ। ਅਤੇ ਸਾਰੇ ਬਾਈ ਮੈਨੂੰ ਸਾਰੇ ਕਹੀ ਜਾਂਦੇ ਆ ਵੀ ਗੁਰਦੁਆਰਾ ਸਾਹਿਬ ਦਾ ਟਾਈਮ, ਵੀਰੇ ਗੁਰਦੁਆਰਾ ਸਾਹਿਬ ਬੈਠ ਕੇ ਗੱਲ ਕਰਨੀ ਸੀ, ਉਹਨੇ ਕਿਹਾ ਸੀ ਨਾ ਵੀ ਕਿਤੇ ਮਰਜ਼ੀ ਬੁਲਾ ਲਾ, ਐਂ ਕਰ ਲਾ, ਹੁਣ ਉਹ ਕਿਉਂ ਮੁੱਕਰਿਆ? ਕਹਿੰਦਾ ਜਗ੍ਹਾ ਤੁਹਾਡੀ ਹੋਊਗੀ, ਐਂ ਹੋਊਗਾ, ਇੱਕ ਜਗ੍ਹਾ ਤੋਂ ਤਾਂ ਮੁੱਕਰ ਗਿਆ, ਹੁਣ ਦੂਜੀ 'ਤੇ ਦੇਖਦੇ ਆਉਂਦਾ ਕਿ ਨਾ। ਅਤੇ ਉੱਥੇ ਬਾਈ ਸਾਰਿਆਂ ਨੇ ਪਹੁੰਚਣਾ, ਮੈਲਬਨ ਵਾਲੇ ਨੇ। ਇੱਕ ਉਹਦੀ ਹੋਰ ਚੀਜ਼ ਤੁਹਾਨੂੰ ਘੈਂਟ ਚੀਜ਼ ਦਿਖਾਉਣੀ ਆ, ਗੁਰਜਾਇਜ਼ ਜਦੋਂ ਖਾਈ। ਅਤੇ ਬਾਕੀ ਦੇਖਦੇ ਹਾਂ ਸਾਰੇ ਬਾਈ, ਬਾਈ ਐਂ ਗੱਲ ਕਰੀ ਦਿੰਦੇ ਆ ਹਰੇਕ ਨਾਲ, ਹੈ ਨਾ। ਹੁਣ ਮੇਰੇ ਨਾਲ ਵੀ ਜਿੰਨੀ ਆਡੀਅੰਸ ਆ, ਮੈਂ ਪਿਆਰ ਨਾਲ ਗੱਲ ਕਰਦਾ ਹੀ ਹਾਂ ਕਿ ਮੈਂ ਜੀਪਾਂ ਲੈ ਲੈ ਘੁੰਮਦਾ ਯਾਰ, ਸਿੱਖ ਐਂ ਥੋੜ੍ਹੇ ਕਰਦੇ ਹੁੰਦੇ, ਨਾਲੇ ਮੈਂ ਉਹਦੇ ਨਾਲ ਸਿੱਖੀ ਬਾਰੇ ਤਾਂ ਕੋਈ ਗੱਲ ਹੀ ਨਹੀਂ ਕੀਤੀ ਯਾਰ, ਮੈਂ ਤਾਂ ਬੱਬੂ ਮਾਨ ਬਾਈ ਨੂੰ ਮਾੜਾ ਬੋਲਿਆ, ਠੀਕ ਆ, ਉਹਦੀ ਜਿਹੜਾ ਉਹਦੀ ਪਿਓ ਦੀ ਉਮਰ ਦਾ ਉਹਨੂੰ ਮਾੜਾ ਬੋਲਿਆ, ਠੀਕ ਆ, ਅਸੀਂ ਉਹਦੇ ਫੈਨ, ਠੀਕ ਆ, ਤਾਂ ਕਰਕੇ ਬਾਈ ਉਹਦੇ ਨਾਲ ਇਹ ਰੌਲਾ ਸਾਡਾ, ਅਸੀਂ ਹੋਰ ਤਾਂ ਉਹਨੂੰ ਕੁਛ ਨਹੀਂ ਕਿਹਾ ਨਾ। ਆਹ ਹੁਣ ਮੈਂ ਵੀ ਗੱਲ ਕਰ ਰਿਹਾ, ਦੇਖ ਲਓ ਕਿੰਨਾ ਉਹਦੇ ਨਾਲ ਗੱਲ ਕਰ ਰਿਹਾ, ਉਹ ਕਿਵੇਂ ਕਰਦਾ, ਫਲਾਨੋ ਤਿੰਕੋ ਬੋ ਕਰ ਦੂੰ ਬਰਿਆੜ ਬਰੋ, ਕਿਵੇਂ ਚੀਕਾਂ ਮਾਰਦਾ ਯਾਰ। ਅਸਲੀ ਸਿੱਖ ਤਾਂ ਵੀ ਨਹੀਂ ਕਦੇ ਗੁੱਸੇ 'ਚ ਤਾਂ ਆਉਂਦਾ ਨਹੀਂ ਹੁੰਦਾ, ਨਾ ਅਸਲੀ ਸਿੱਖ ਕਦੇ ਹੰਕਾਰ ਕਰਦਾ ਹੁੰਦਾ। ਅਸੀਂ ਵੀ ਸਿੱਖਾਂ ਦੀ ਫੈਮਿਲੀ 'ਚੋਂ ਹਾਂ ਯਾਰ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਠੀਕ ਆ। ਨਾ ਅਸੀਂ ਕਦੇ ਬਾਈ ਕੁੜੀਆਂ ਨੂੰ ਕੰਜਰੀ ਕਹਿਣਾ ਬਹੁਤ ਮਾੜੀ ਗੱਲ, ਕਿਸੇ ਕੁੜੀ ਨੂੰ ਸਿੱਖ ਕਦੇ ਅਸਲੀ ਸਿੱਖ ਕੰਜਰੀ ਨਹੀਂ ਕਹਿੰਦਾ ਹੁੰਦਾ, ਜਿਵੇਂ ਉਹ ਬੋਲਦਾ, ਠੀਕ ਆ। ਅਤੇ ਫਿਰ ਦਿੱਤੀਆਂ ਜਗ੍ਹਾ 'ਤੇ ਆਉਂਦਾ ਨਹੀਂ, ਠੀਕ ਆ, ਫਿਰ ਉਹ ਫੋਨ ਨਹੀਂ ਚੱਕਦਾ, ਠੀਕ ਆ। ਅਤੇ ਆਹ ਤਾਂ ਸਿਰਾ ਹੀ ਲਾਤਾ ਉਹਨੇ, ਇਹ ਆਹ ਫੋਨ ਜਗ੍ਹਾ ਮਤਲਬ ਫੇਸਬੁੱਕ 'ਤੇ ਨਾ ਪਾਈਏ ਵੀ ਇੱਥੇ ਆਪਾਂ ਭਾਈ ਸਾਹਿਬ ਨੂੰ ਮਿਲ ਰਹੇ, ਹੈ ਨਾ। ਹਾਂ ਦੁਬਾਰੇ ਫੇਰ ਸੁਣਾ, ਆ ਦੇਖ ਲਓ ਕੀ ਕਹਿ ਰਿਹਾ। ਆ ਦੇਖ ਲਓ ਇਹੋ ਜਿਹੀਆਂ ਗੱਲਾਂ ਕਰਦਾ ਉਹ, ਕਹਿੰਦਾ ਫੇਸਬੁੱਕ 'ਤੇ ਨਾ ਪਾਇਓ, ਠੀਕ ਆ। ਅਤੇ ਕਹਿੰਦਾ ਉੱਥੇ ਲੋਕ ਜ਼ਿਆਦਾ ਇਕੱਠੇ ਹੁੰਦੇ, ਬਈ ਸਾਨੂੰ ਤਾਂ ਕਿਸੇ ਗੱਲ ਦਾ ਡਰ ਨਹੀਂ ਸੀ, ਕਿਹੜਾ ਝੂਠੇ, ਉਹਨੂੰ ਕੱਲ੍ਹ ਦਾ ਡਰ ਆ ਵੀ ਲੋਕ ਇਕੱਠੇ ਹੋ ਜਾਣਗੇ। ਹੁਣ ਫਿਰ ਜੇ ਮਿਲਣਾ ਹੀ ਆ, ਹੁਣ ਸਾਰਿਆਂ ਸਾਹਮਣੇ ਮਿਲਾਂਗੇ, ਤੈਨੂੰ ਬਈ ਕੱਲ੍ਹ ਦਾ ਡਰ ਆ? ਮੈਂ ਤਾਂ ਇਹ ਪੁੱਛਦਾ ਉਹਨੂੰ ਵੀ ਤੈਨੂੰ ਕੱਲ੍ਹ ਦਾ ਡਰ ਆ ਜੇ ਝੂਠੇ ਬੰਦੇ ਨੂੰ ਡਰ ਹੁੰਦਾ? ਅਸੀਂ ਤਾਂ ਪਾਤਾ ਫੇਸਬੁੱਕ 'ਤੇ ਬਈ ਜਿਹੜੇ ਜਿਹੜੇ ਸਾਡੇ ਸਪੋਰਟਰ ਨੇ ਸਾਨੂੰ ਪਿਆਰ ਕਰਦੇ ਨੇ ਜ਼ਰੂਰ ਆਇਓ, ਅਤੇ ਜਿਹੜੇ ਜਿਹੜੇ ਉਹ ਤੋਂ ਦੁਖੀ ਨੇ ਉਹ ਵੀ ਜ਼ਰੂਰ ਆਇਓ, ਠੀਕ ਆ। ਅਤੇ ਦੂਜੀ ਗੱਲ ਬਾਈ, ਸਾਰੇ ਸਿੰਗਰਾਂ ਪਿੱਛੇ ਮੈਂ ਇਹ ਗੱਲ ਹੋਈ ਆ ਨਾ, ਸਾਰਿਆਂ ਨੂੰ ਗਲਤ ਬੋਲਦਾ, ਜਿੰਨੀਆਂ ਕੁੜੀਆਂ ਗਾਉਂਦੀਆਂ ਨੇ ਬਾਈ ਉਹ ਕੰਜਰੀਆਂ ਥੋੜ੍ਹੇ ਨੇ, ਆਪਣੇ ਘਰਦਿਆਂ ਦਾ ਢਿੱਡ ਦਾ ਪੇਟ ਪਾਲ ਰਹੀਆਂ, ਠੀਕ ਆ। ਉਹ ਕੱਲ੍ਹ ਕਹਿੰਦਾ ਸੀ ਜਸਟਨ ਬੀਬਰ, ਬਈ ਅਸੀਂ ਤਾਂ ਕਦੇ ਜਸਟਨ ਬੀਬਰ, ਇਹਦਾ ਮਤਲਬ ਉਹ ਲੇਡੀ ਗਾਗਾ ਜਸਟਨ ਬੀਬਰ ਵੀ ਸੁਣਦਾ। ਉਹ ਕਹਿੰਦਾ ਵੀ ਕੰਨਾਂ 'ਚ ਗੁਰੂ ਸਾਹਿਬ ਨੇ ਕਿਹਾ ਮਾੜੀ ਗੱਲ ਨਹੀਂ ਪਾਉਣੀ, ਫਿਰ ਤੂੰ ਬਈ ਗਾਣੇ ਕਿਉਂ ਸੁਣਦਾ, ਤੂੰ ਬਾਣੀ ਸੁਣਿਆ ਕਰ। ਕਿਉਂ ਬਈ? ਬਈ ਇਹ ਇੰਟਰਟੇਨਮੈਂਟ ਆ, ਮੈਂ ਉਹਨੂੰ ਵਾਰ ਵਾਰ ਇਹੀ ਗੱਲ ਕਹਿਣਾ, ਇੰਟਰਟੇਨਮੈਂਟ ਆ, ਇੰਟਰਟੇਨਮੈਂਟ 'ਚ ਕੁਛ ਵੀ ਹੁੰਦਾ, ਹੈ ਨਾ। ਆਹ ਦੇਖ ਲਾ ਗੁਰਜਾਇ ਸਿਆ, ਕੋਈ ਚੱਜ ਦੀ ਗੱਲ ਕਰੀ ਦੀ ਹੁੰਦੀ ਆ, ਸਿਆਣਾ ਬਣ, ਸਿਆਣਾ ਤਾਂ ਹਰ ਸਾਰੀ ਉਮਰ ਨਹੀਂ ਬਣਦਾ, ਸਿਆਣਾ ਨਹੀਂ ਉਹ ਬਣ ਸਕਦਾ। ਬੜੀ ਨਹੀਂ ਮੈਂ ਬੋਲਣ ਲੱਗਾ।
ਬੋਲ ਦੋ ਉਹ ਫੋਨ ਤੇ ਕੀ ਕਹਿੰਦਾ ਸੀ ਕਹਿੰਦਾ ਪਾਇਓ ਨਾ ਫੇਸਬੁੱਕ ਤੇ ਹਾਂ ਫੇਸਬੁੱਕ ਤੇ ਨਾ ਕਹਿੰਦੇ ਪਾਇਓ ਵੀ ਇਦਾਂ ਬੰਦੇ ਇਕੱਠੇ ਹੋਣਗੇ ਕਹਿੰਦੇ ਐਂ ਜੋ ਫਲਾਂ ਢੋਕਾ ਅਡਰੈਸਾ ਗਈ 3-3 5 grand boulevard Craigieburn ਹਾਂਜੀ ਇਹ ਗਰਾਊਂਡ ਆ ਜੀ ਗਰਾਊਂਡ ਆ ਬਾਈ ਸਾਂਝੀ ਥਾਂ ਸਾਰਿਆਂ ਦੀ ਭਰਾਵਾਂ ਦੀ ਹਾਂਜੀ ਤੇ ਸਾਰਿਆਂ ਨੇ ਬਾਈ ਪਹੁੰਚਣਾ ਤੇ ਜਿਹੜੇ ਮਿਲ ਬਣਾ ਵਾਲੇ ਵੀਰੇ ਨੇ ਤੇ ਮਿਲਦੇ ਆ ਅੱਜ ਉਹਨੂੰ ਦੇਖ ਲਓ ਅੱਜ ਦੂਜੀ ਜਗ੍ਹਾ ਹੁਣ ਪਹਿਲਾਂ ਗੁ
ਮਿਹਨਤ ਕਰਕੇ ਕੁਛ ਬਣ, ਮਿਹਨਤ ਕਰਕੇ ਪੀ ਆਰ ਲੈ। ਤੂੰ ਆਹ ਗੱਲਾਂ ਕਰਕੇ ਲੋਕਾਂ ਨੂੰ ਪੁੱਠਾ ਬੋਲ ਕੇ, ਸਿੰਗਰਾਂ ਨੂੰ ਪੁੱਠਾ ਬੋਲ ਕੇ ਕਿਉਂ ਕਰ ਰਿਹਾ? ਠੀਕ ਆ, ਤੇ ਸਿਆਣਾ ਸਿੱਖ ਕਦੇ ਇਹੋ ਜਿਹੀ ਗੱਲ ਨਹੀਂ ਕਰਦਾ ਸੀ ਕਿਹੜਾ, ਕਦੇ ਸਿੱਖ ਨਹੀਂ। ਦੀਪ ਜੋਨ ਦਾ ਵੀ ਕੁਛ ਕਹਿਣਾ ਚਾਹੁੰਦਾ ਜੀ ਵਿੱਚ ਤੁਹਾਨੂੰ। ਹਾਂ ਕਰ ਦਿੱਤਾ ਜੀ। ਹਾਂ ਮੈਂ ਕਿਹਾ ਦੀਪ ਜਵਾਨ ਦਾ ਜੀ, ਤਾਂ ਦੀਪ ਜਵਾਨ ਦਾ ਜੀ ਕੁਛ ਕਹਿਣਾ ਚਾਹੁੰਦਾ, ਵੀ ਕੁਛ ਕਹਿਣਾ ਚਾਹੁੰਦਾ ਵੀ ਕਹੋ ਜੀ ਦੀਪ ਜਵਾਨ ਦਾ ਜੀ। ਉਹ ਬੋਲੋ ਠੀਕ ਹੈ ਬਾਈ। ਦੀਪ ਜਵੰਦਾ ਬਾਈ ਬਹੁਤ ਸੋਹਣੀ ਗੱਲ ਦੱਸ ਕੇ ਗਿਆ, ਸਹੀ ਗੱਲ ਆ। ਤੇ ਬਾਈ ਉਹ ਗੁਰਦੁਆਰੇ ਪਤਾ ਕਿਉਂ ਨਹੀਂ ਆਏ? ਜਿਹੜੇ ਉਹਦੇ ਨਾਲ ਦੋ ਤਿੰਨ ਮੁੰਡੇ ਫਿਰਦੇ ਨੇ ਬਾਈ, ਹਨਾ, ਜੀਪ ਵਾਲੇ, ਉਹਨਾਂ ਨੂੰ ਗੁਰਦੁਆਰੇ ਵੜਨ ਨਹੀਂ ਦਿੰਦੇ। ਔਰ ਉਹ ਗੁਰਦੁਆਰੇ 'ਚ ਬੈਣ ਨੇ ਜਿਹੜੇ ਉਹਦੇ ਨਾਲ ਨੇ, ਉਹ ਤਾਂ ਨਹੀਂ ਗੁਰਦੁਆਰੇ ਆਏ, ਤਾਂ ਨਹੀਂ ਉਹ ਗੁਰਦੁਆਰੇ ਆਏ। ਉਹਨਾਂ ਨੂੰ ਵੜਨ ਨਹੀਂ ਦਿੰਦੇ, ਨਾ ਇਹਨੂੰ ਵੜਨ ਦਿੰਦੇ ਨੇ। ਹੁਣ ਐਡੇਲੇਡ ਇੱਕ ਗੁਰਦੁਆਰਾ ਸਾਹਿਬ ਆ, ਹਨਾ, ਇਹਦੇ ਸ਼ਹਿਰ 'ਚ ਹੀ, ਠੀਕ ਹੈ, ਇਹ ਦੇਖਿਆ ਕਦੇ ਗੁਰਦੁਆਰਾ ਸਾਹਿਬ ਜਾਂਦਾ? ਇਹ ਸ਼ਹਿਰ 'ਚ ਗੁਰਦੁਆਰਾ ਸਾਹਿਬ ਆ, ਕੁਰਸੀਆਂ 'ਤੇ ਬੈਠ ਕੇ ਜੁੱਤੇ ਪਵਾ ਕੇ ਫਿਰ ਲੰਗਰ ਛਕਾਉਂਦੇ, ਉਹਨਾਂ ਨੂੰ ਨਹੀਂ ਹਟਾਉਂਦਾ। ਇਹ ਮੈਲਬਨ ਸਾਡੇ ਨਾਲ ਪੰਗਾ ਲੈਣ ਆਇਆ, ਸਾਨੂੰ ਬੋਲਣ ਆਇਆ, ਉੱਥੇ ਜਾ ਕੇ ਪ੍ਰਚਾਰ ਕਰੇ ਬਾਈ। ਉਹ ਗੁਰਦੁਆਰਾ ਸਾਹਿਬ 'ਚ ਕਹੇ ਵੀ ਲੰਗਰ ਥੱਲੇ ਬੈਠ ਕੇ ਛਕਣਾ ਚਾਹੀਦਾ ਆਪਾਂ ਨੂੰ? ਉਹ ਗੱਲ ਇਹੋ ਜਿਹੀ ਚੱਜ ਦੀਆਂ ਗੱਲਾਂ ਕਰੇ ਯਾਰ, ਜੇ ਤੂੰ ਸਿੱਖਾਂ ਇਹ ਨਹੀਂ, ਕਿਉਂ ਤੂੰ ਭੜਕਦਾ ਫਿਰਦਾ? ਠੀਕ ਆ, ਤੂੰ ਜੀਪ 'ਚ ਗਾਣੇ ਲਾ ਕੇ ਗੇੜੇ ਮਾਰ ਰਿਹਾ, ਇਹਦਾ ਕੀ ਮਤਲਬ ਹੋਇਆ ਯਾਰ? ਇੱਦਾਂ ਕੌਣ ਕਰਦਾ ਹੁੰਦਾ ਦੱਸ ਮੈਨੂੰ? ਕਿਹੜੇ ਸਿੱਖ ਨੇ? ਅਸੀਂ ਤਾਂ ਬਈ, ਅਸੀਂ ਬਥੇਰੇ ਸਿੱਖ ਦੇਖੇ ਨੇ, ਸਾਡੇ ਤਾਂ ਕੋਈ ਨਹੀਂ ਐਂ ਕਰਦਾ ਸੀ। ਠੀਕ ਆ, ਬੋਲਦਾ ਤੂੰ ਗਲਤ ਬੋਲਦਾ, ਕੰਜਰੀਆਂ ਸ਼ਬਦ ਕਿਹੋ ਜਿਹੇ ਯੂਜ਼ ਕਰਦਾ, ਠੀਕ ਆ, ਐਂ ਕਦੀ ਦੀ ਹੁੰਦੀ ਆ ਗੱਲ, ਸਿਆਣੇ ਬਣ ਕੇ ਮੇਰੇ ਹੁਣ ਨਹੀਂ ਸਿਆਣਾ ਬਣ ਸਕਦਾ। ਪਰ ਉਹ ਬਾਈ ਥੈਂਕ ਯੂ ਸਾਰਿਆਂ ਦਾ ਜਿਹੜੇ ਸਪੋਰਟ ਕਰ ਰਹੇ ਨੇ, ਅਤੇ ਜਿਹੜੇ ਕਹਿ ਰਹੇ ਨੇ ਵੀ ਹਿੱਕ 'ਚ ਵੱਜ, ਮੈਂ ਬਾਈ ਹਿੱਕ 'ਚ ਵੱਜਣ ਨੂੰ ਫਿਰਦਾ, ਉਹਦੇ ਮੈਂ ਉਹਦੇ ਨਾਲ ਗੱਲ ਕਰਨ ਨੂੰ ਫਿਰਦਾ, ਆਉਂਦਾ ਨਹੀਂ। ਮੈਂ ਤਾਂ ਉਹੀ ਖਿੱਚ ਜਾਂਦਾ ਬਾਈ ਜਿਹੜਾ ਬੱਬੂ ਮਾਨ ਬਾਈ ਨੂੰ ਪੁੱਠਾ ਬੋਲਦਾ। ਹੋਰ ਬਸ, ਹੋਰ ਕੋਈ ਚੱਕਰ ਨਹੀਂ, ਆ ਜਾਓ ਬਾਈ, ਜਿਹੜਾ ਐਡਰੈਸ ਦਿੱਤਾ ਉੱਥੇ ਆ ਜਾਓ ਸਾਰੇ ਮੈਲਬਨ ਵਾਲੇ। ਟੈਨਸ਼ਨ ਨਹੀਂ ਲੈਣੀ ਬਾਈ, ਅੱਜ ਆਪਾਂ ਉਹਦੇ ਨਾਲ ਸੂਤ ਕਰ ਦੇਣਾ ਕੰਮ, ਗੱਲਬਾਤ ਆ ਨਿਬੇੜ ਦੇਣੀ ਅੱਜ, ਉਹਦਾ ਟੈਨਸ਼ਨ ਨਹੀਂ ਲੈਣੀ। ਥੈਂਕ ਯੂ, ਲਵ ਯੂ।